ਮੰਨਿਆ ਪਿਆਰ ਕਰਨਾ ਸਾਨੂੰ ਨਹੀਂ ਆਉਂਦਾ। देखो अही जो सू पता लगा वा सवेरे 7 बजे के कोई 5-7 मिनट से तो सानू बड़ा एक राहत जी मिली आ कि वधिया होया ते जिहड़ी साडे मन दे विच एक हैगा सी वी उहदे जिहड़ा सरूप किदां दा होगा वह वेख के सानू बड़ा वधिया लगा कि चलो सिखी सरूप दे विच आ। बाकी तो चलो जिहड़ा कानूनी लड़ाई आ वह तो बाद जी आ की फैसला हुंदा कि वह बाद दी गल आ, पर इहदे ते सानू तसल्ली होई आ वी ठीक आ। ਤੁਹਾਡੇ ਵੱਲੋਂ ਮਿਲਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾਵੇ? ਬਿਲਕੁਲ ਜ਼ਰੂਰ, ਪਰਿਵਾਰਕ ਮੈਂਬਰ ਅਸੀਂ ਜਾਵਾਂਗੇ ਮਿਲਣ। ਮੈਂ ਤਾਂ ਆਪਣੇ ਬ੍ਰਦਰ ਨੂੰ ਮਿਲਣ ਜਾਣਾ ਹਰਜੀਤ ਸਿੰਘ ਨੂੰ, ਅਤੇ ਅਸੀਂ ਤਾਂ ਉਹੀ ਵੇਖ ਰਹੇ ਹਾਂ ਕਿ ਉਹਨਾਂ ਦਾ ਪਤਾ ਸਾਨੂੰ ਲੱਗੇ ਕਿ ਉਹਨਾਂ ਨੂੰ ਕਿਹੜੀ ਚੀਜ਼ ਉੱਥੇ ਮਿਲ ਸਕਦੀ ਆ ਅਤੇ ਕਿਹੜੀ ਇੱਥੋਂ ਲੈ ਕੇ ਜਾਈਏ ਅਤੇ ਉਹ ਉਹਨਾਂ ਨੂੰ ਸੌਖੇ ਤਰੀਕੇ ਨਾਲ ਮਿਲੇ, ਜਾਂ ਕਿਹੜੀ ਚੀਜ਼ ਦੀ ਲੋੜ ਆ। ਅਤੇ ਉਹ ਅਸੀਂ ਅਜੇ ਇਹ ਸਲਾਹ ਗਿਣਤੀ ਕਰ ਹੀ ਰਹੇ ਹਾਂ ਕਿ ਚਲੋ ਇਹ ਵੀ ਹੋ ਗਿਆ, ਹੁਣ ਇਹਦੇ ਵੀ ਨਾਲ ਉਹਦੇ ਬਾਕੀ ਸਾਰੇ ਪਰਿਵਾਰਕ ਮੈਂਬਰ ਕੋਸ਼ਿਸ਼ ਕਰਾਂਗੇ 1-2 ਜਣੇ ਜਾ ਕੇ ਮਿਲ ਕੇ। ਜਿਵੇਂ ਪਹਿਲਾਂ ਅਫਵਾਹਾਂ ਉੱਡਦੀਆਂ ਸੀ ਕਿ ਉਹਨਾਂ ਨੇ ਕੇਸ ਕਤਲ ਕਰਵਾ ਦਿੱਤੇ, ਜੇ ਕਈ CCTV ਫੁਟੇਜ ਵਗੈਰਾ ਵੀ ਸਾਹਮਣੇ ਆਏ, ਉਸ ਨੂੰ ਲੱਗੇ ਅੱਜ ਜਿਵੇਂ ਸਰੈਂਡਰ ਹੋਏ ਨੇ ਸਿੱਖੀ ਸਰੂਪ ਦੇ ਵਿੱਚ ਨੇ, ਕਿਸ ਤਰ੍ਹਾਂ ਦਾ ਲੱਗ ਰਿਹਾ? ਨਹੀਂ ਉਹ ਸਾਨੂੰ ਬੜਾ, ਜਿਹੜੀਆਂ ਉਹ ਪਹਿਲੀਆਂ ਤਸਵੀਰਾਂ ਵੇਖਣ 'ਤੇ ਜਾਂ ਦੱਸਣ 'ਤੇ ਸਾਨੂੰ ਬੜਾ ਦੁੱਖ ਹੁੰਦਾ ਸੀ, ਪਰ ਉਹ ਜੋ ਉਹ ਵੇਖ ਕੇ ਸਾਨੂੰ ਜਿਹੜਾ ਗੁਰੂ 'ਤੇ ਭਰੋਸਾ ਹੋਰ ਵਜਾ ਕਿ ਉਹ ਵਾਹਿਗੁਰੂ ਬੜਾ ਬੇਅੰਤ ਵਾ, ਉਹ ਜੇ ਕਿਸੇ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਦਾ ਤਾਂ ਫਿਰ ਕੁਝ ਨਹੀਂ ਹੁੰਦਾ, ਠੀਕ ਠਾਕ ਹੁੰਦਾ। ਭਾਈ ਸਾਹਿਬ ਵੱਲੋਂ ਅੱਜ ਸੰਗਤਾਂ ਨੂੰ ਸੰਬੋਧਨ ਹੋ ਕੇ ਕਿਹਾ ਗਿਆ ਜਿਵੇਂ ਖਾਲਸਾ ਬਹੀਰ ਜਿਹੜੀ ਆ ਚਲਾਈ ਜਾਵੇਗੀ, ਅੰਮ੍ਰਿਤ ਜਿਹੜਾ ਵਾ ਜਿਵੇਂ ਪਹਿਲਾਂ ਛਕਾਇਆ ਜਾਂਦਾ ਸੀ ਬਾਅਦ ਵਿੱਚ ਇਸ ਤਰ੍ਹਾਂ ਹੀ ਚੱਲੇਗਾ, ਕੀ ਉਸ ਪਰਿਵਾਰ ਸਾਥ ਦੇਵੇਗਾ? ਦੇਖੋ ਜੀ, ਪਰਿਵਾਰ ਜਿੱਦਾਂ ਦਾ ਪੰਜਾਬ ਦੇ ਵਾਸਤੇ ਕੋਈ ਪੰਜਾਬ ਦੇ ਹਿੱਤੈਸ਼ੀ ਕੋਈ ਕਿਸੇ ਕਿਸਮ ਦਾ ਪ੍ਰੋਗਰਾਮ ਸ਼ੁਰੂ ਕਰੇਗਾ ਤਾਂ ਅਸੀਂ ਬਣਦਾ ਯੋਗਦਾਨ ਪਾਵਾਂਗੇ। ਇੱਥੇ ਭਾਈ ਰਾਮ ਸਿੰਘ ਕੱਲ੍ਹ ਆਏ ਸੀਗੇ ਦਮਦਮੀ ਟਕਸਾਲ ਦੇ ਜਿਹੜੇ ਸੰਗਵਾਂ ਵਾਲੇ ਆ, ਅਤੇ ਉਹ ਆਪ ਹੀ ਕਹਿ ਰਹੇ ਸੀਗੇ ਕਿ ਅਸੀਂ ਸ਼ੁਰੂ ਕਰਾਂਗੇ ਜਿਹੜੀ ਆ ਖਾਲਸਾ ਵੀ। ਦੇਖੋ ਜੋ ਵੀ ਕਰੇ ਇਹ ਤਾਂ ਇਹੋ ਜਿਹੀ ਕੋਈ ਮੇਨ ਬੰਦੇ ਹੀ ਕਰ ਸਕਦੇ, ਤਾਂ ਐਡਾ ਵੱਡਾ ਜਿਹੜਾ ਕਾਰਜ ਆ ਉਹ ਤਾਂ ਸਾਡੇ ਵੱਸ ਦੀ ਤਾਂ ਹੈ ਨਹੀਂ ਗੱਲ, ਅਸੀਂ ਤਾਂ ਸਹਿਯੋਗ ਦੇ ਸਕਦੇ ਜਿੱਦਾਂ ਦਾ ਸਾਡੇ ਕੋਲ ਹੋਊਗਾ। ਅਤੇ ਅਸੀਂ ਤਾਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸੇ, ਅਸੀਂ ਤਾਂ ਕਹਿੰਦੇ ਹਾਂ ਕਿ ਵਾਹਿਗੁਰੂ ਕਰੇ ਉਹ ਗੁਰੂ ਵਾਲੇ ਬਣਨ ਅਤੇ ਆਪਣੇ ਪਰਿਵਾਰ ਦਾ ਉਹਦੀ ਤਰੱਕੀ, ਪੰਜਾਬ ਦੀ ਤਰੱਕੀ ਤਾਂ ਹੀ ਹੋ ਸਕਦੀ। ਜਾਣਕਾਰੀ ਹੈ ਇਹ ਪੁਲਿਸ ਸਹੀ ਕਹਿ ਰਹੀ ਹੈ ਕਿ ਜਾਂ ਕੀ ਰਹੀ, ਉਹ ਤਾਂ ਤੁਸੀਂ ਜੱਜ ਕਰ ਸਕਦੇ ਹੋ, ਬਾਕੀ ਚਲੋ ਜੋ ਵੀ ਹੋਇਆ ਠੀਕ ਹੋਇਆ। ਚਲੋ ਉਹ ਤਾਂ ਇਹ ਚੀਜ਼ ਹੈ ਕਿ ਜਦੋਂ ਆਪਾਂ ਇਹ ਧਰਤੀ ਦੇ ਵਾਸਤੇ ਕੰਮ ਕਰਨਾ ਲੜਨਾ ਵਾ, ਇਹ ਧਰਤੀ ਦੇ ਨਸ਼ਿਆਂ ਦੇ ਖਿਲਾਫ਼ ਲੜਨਾ, ਅਤੇ ਬਾਹਰ ਨਿਕਲ ਕੇ ਲੜਿਆ ਜਾ ਸਕਦਾ, ਚਲੋ ਇਹਨਾਂ ਝੂਠੇ ਪ੍ਰੋਪੇਗੰਡਾ ਝੂਠੇ ਕੇਸ ਬਣਾਏ, ਅਤੇ ਉਹ ਇੱਕ ਨਾ ਇੱਕ ਦਿਨ ਤੋਂ ਉਹਨਾਂ ਨੂੰ ਸਾਹਮਣੇ ਆ ਕੇ ਉਹਨਾਂ ਨੂੰ ਫੇਸ ਕਰਨਾ ਸੀ। ਚਲੋ ਉਹ ਜਦੋਂ ਵਕਤ ਆ ਗਿਆ ਉਹ ਆ ਗਏ, ਅਤੇ ਚਲੋ ਹੁਣ ਅੱਗੇ ਕਾਨੂੰਨੀ ਕਾਰਵਾਈ ਸਿੱਖੀ ਬਾਣੇ ਵਿੱਚ ਉਹਨਾਂ ਨੇ ਆਪ ਨਹੀਂ, ਸਾਨੂੰ ਇਹ ਗੱਲ ਦੀ ਬਹੁਤ ਖੁਸ਼ੀ ਹੈ, ਅਸੀਂ ਇਹਦੇ ਬਾਅਦ ਸਾਨੂੰ ਇਸ ਚੀਜ਼ ਦੀ ਚਿੰਤਾ ਸੀ, ਸਾਨੂੰ ਉਹਦੀ ਜਾਨ ਨਾਲ ਵੀ ਇਸ ਚੀਜ਼ ਦੀ ਜ਼ਿਆਦਾ ਚਿੰਤਾ ਸੀ ਕਿ ਉਹ ਕਿਤੇ ਇਹੋ ਜਿਹਾ ਭਾਣਾ ਨਾ ਵਾਪਰ ਜੇ ਕਿ ਉਹ ਸਿੱਖੀ ਸਰੂਪ ਛੱਡ ਜਾਵੇ। ਸਾਨੂੰ ਅਸੀਂ ਵਾਹਿਗੁਰੂ ਦਾ ਸੱਚੇ ਪਾਤਸ਼ਾਹ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਉਹਨੂੰ ਆਪਣਾ ਹਿੱਤ ਰੱਖਿਆ, ਸਹੀ ਸਲਾਮਤ ਰੱਖਿਆ, ਅਤੇ ਆਉਣ ਵਾਲੇ ਸਮੇਂ 'ਚ ਵੀ ਉਹ ਉਹਨਾਂ ਦੇ ਨਾਲ ਰਹਿਣ। NSA ਲਗਾਈ ਗਈ, ਹੁਣ ਡਿਪਟੀ ਕਾਰਡ ਲੈ ਕੇ ਜਾਇਆ ਜਾ ਰਿਹਾ, ਉਹ ਤਾਂ ਕੀ ਹੈ ਜੀ, ਗੌਰਮੈਂਟ ਕੋਲ ਬਥੇਰੇ ਪਾਵਰ ਆ, ਸਭ ਮਰਜ਼ੀ ਤੋਂ ਮਰਜ਼ੀ ਇੱਥੇ ਬੜੇ ਬੜੇ ਨਸ਼ੇ ਵਾਲੇ ਬੜੇ, ਇਹਨਾਂ ਉੱਤੇ ਇਹਨਾਂ ਦਾ ਮੋਹ ਨਹੀਂ ਹੁੰਦਾ ਜੋ ਕੁਛ ਵਾਪਰ, ਅਤੇ ਇੱਕ ਸਹੀ ਕੰਮ ਕਰਨ ਵਾਲੇ ਬੰਦੇ ਨੂੰ NSA ਲਾ ਦਿਓ, ਇੱਕ ਬਾਜੇਖਾਨੇ 'ਤੇ ਲਾ ਸਕਦੇ, ਚਲੋ ਅੰਮ੍ਰਿਤਪਾਲ ਤਾਂ ਫਿਰ ਵੀ ਚਲੋ ਥਾਣੇ 'ਚ ਹਮਲਾ ਕੀਤਾ ਗਿਆ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਪਾਲਿਕਾ ਨਹੀਂ, ਥਾਣੇ 'ਤੇ ਹਮਲਾ ਨਹੀਂ ਕੀਤਾ ਗਿਆ, ਥਾਣੇ 'ਤੇ ਹਮਲਾ ਕੀਤਾ ਗਿਆ ਸੀ ਤਾਂ ਇਹਨਾਂ ਬੰਦਾ ਕਿਉਂ ਛੱਡੋ, ਇਹਨਾਂ ਆਪਣੀ ਗਲਤੀ ਮੰਨੀ ਉਸ ਟਾਈਮ 'ਤੇ, ਉਹ ਚਲੋ ਹੁਣ ਜੋ ਉਹ ਜਿਹੜੇ ਪੁਰਾਣੇ ਮੈਟਰ ਪਿੱਛੇ ਉਹ ਹੋ ਚੁੱਕਾ ਵਾ, ਉਹਨੂੰ ਦੁਬਾਰਾ ਛੇੜਨ ਦੀ ਲੋੜ ਨਹੀਂ, ਉਹ ਠੀਕ ਹੋਇਆ, ਗਲਤ ਹੋਇਆ, ਚਲੋ ਉਹ ਤਾਂ ਵੱਖ ਦੱਸੋ। ਹੁਣ ਜਾਣਾ ਹੋਏਗਾ ਉੱਥੇ ਡਿਬਰੀ ਕਰ ਜਾਣਗੇ, ਉਹ ਤਾਂ ਜਾਵਾਂਗੇ ਮੌਕਾ ਮਿਲਦਾ ਇਹਨੇ। ਚਲੋ ਚਲੋ ਚਲੋ।
ਚਾਚਾ ਜੀ ਦਾ ਫੋਨ ਆਇਆ, ਅਸੀਂ ਟੀਵੀ ਨਹੀਂ ਹਿਲਾਇਆ, ਉਹਨਾਂ ਨੇ ਫੋਨ ਕੀਤਾ ਕਿ ਭਾਈ ਸਾਹਿਬ ਨੇ ਸਰੈਂਡਰ ਕਰਤਾ, ਫਿਰ ਅਸੀਂ ਖਬਰਾਂ ਵਿੱਚ ਸੱਤ ਵਜੇ।